ਐਡਾ ਵਧੀਆ ਸੌਦਾ ਲੱਭੋ ਨਾ। ਪਹਿਲੀ ਪੰਕਤੀ ਤੁਸੀਂ ਮੰਨੋ ਮੈਂ ਮੰਨਾਂ, ਉਹਦੇ ਬਦਲੇ ਵੇਖੋ ਮਿਲੇਗਾ ਕੀ। ਤਗੜਾ ਸੌਦਾ ਲੈ ਕੇ ਮਾਲ ਵੇਚ ਦੇ, ਬਚ ਗਿਆ ਚਾਰ, ਬਚ ਗਿਆ ਦਿੱਲੀ ਨੂੰ ਲਿਆ ਕੇ ਵੇਚ 5-6% ਬਚ ਗਿਆ। ਓਏ ਕਈਆਂ ਨੇ ਛਾਲ ਮਾਰੀ ਚਾਈਨਾ ਤੋਂ ਲੈ ਕੇ ਆਏ 10-15% ਬਚ ਗਿਆ। ਇਹ ਸੌਦਾ ਕਿੱਡਾ ਲਾਭਦਾਇਕ ਹੈ। ਉਹ ਕਹਿੰਦੇ ਤੂੰ ਇਹ ਚੀਜ਼ ਸੰਭਾਲ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਇਹਦੇ ਬਦਲੇ ਕਿੰਨੇ ਪਰਸੈਂਟ ਲਾਭ ਹੋਏਗਾ। ਗੁਰੂ ਸਾਹਿਬ ਕਹਿੰਦੇ ਆ ਐਡਾ ਤਕੜਾ ਲਾਭ, ਮੈਂ ਤੇਰੀ ਨੌਕਰੀ ਕਰਨ ਲੱਗਾਂ, ਤੇਰੇ ਕਾਰ ਹੀ ਸਵਾਰਨ ਲਈ। ਹਰ ਨਾਲ ਰੱਬ ਮਨ ਮੇਰੇ ਤੂੰ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ, ਈਰਖਾ ਕਰਨ ਵਾਲੇ। ਨਾਮਦੇਵ ਦੀ ਚੜ੍ਹਤ ਬੜੀ ਨਹੀਂ, 2:30 ਵਜੇ ਬਹਿ ਜਾਂਦਾ ਮੰਦਰ, ਮਾਲਾ ਫਿਰ ਲੱਗ ਪੈਂਦੇ। ਇਹਦੇ ਨਾਲ ਕਿਹੜੇ ਸਕਿਉਰਟੀ ਗਾਰਡ ਆਪੋ ਸਾਹਿਬ ਕਹਿੰਦੇ ਆਪਾਂ 20-25 ਇਹਦਾ ਪਿੱਛਾ ਕਰਦੇ ਨਾਮਦੇਵ ਜੀ ਦਾ, ਉਹ ਕਰ ਦੇਣੇ ਬੰਦ, ਹੱਥ 'ਚ ਲੈ ਲਏ ਡਾਂਗਾ ਵਗੈਰਾ, ਕੰਮ ਹੀ ਖਤਮ ਹੋ ਜਾਏ। ਨਾਮਦੇਵ ਜੀ ਬੈਠੇ, ਉਹ 20-22 ਬੰਦੇ ਪੜ ਗਏ, ਉਹ ਬੰਦ ਕਰਦੇ ਮੰਦਰ। ਉਦੋਂ ਲਾਈਟਾਂ ਨਹੀਂ ਸੀ, ਚਿਰਾਗ ਜੇ ਵਾਂਗੂ ਰੋਸ਼ਨੀ ਜੇ ਦੀਪਕ ਜੇ ਜਲਦੇ ਸੀ, ਉਹ ਸਾਰੇ ਬੰਦ ਕਰਦੇ। ਨਾਮਦੇਵ ਆਪਣਾ ਅੱਖਾਂ ਬੰਦ ਕਰਕੇ ਜੁੜੇ ਪਏ ਨਾਮ ਨਾਲ, ਕਹਿੰਦੇ ਵੀ ਹੁਣ ਚਲਾਓ, ਹੁਣ ਚਲਾਓ ਡੰਗਾ, ਹੁਣ ਚਲਾਓ ਸੋਟੀਆਂ, ਇਹ ਬੜਾ ਇਹ ਪਰੇਸ਼ਾਨੀ ਹੈ ਸਾਡੀ। ਪੁੱਛ ਹੀ ਘੱਟ ਗਈ ਨਾਮਦੇਵ, ਹਰ ਬੰਨੇ ਨਾਮਦੇਵ ਜੀ ਉਹਨੂੰ ਹਨੇਰਾ ਕੀਤਾ ਵੀ ਆਪਾਂ 22 ਆ, ਇਹ ਇਕੱਲੇ ਡਾਂਗਾ ਮਾਰਨੀ। ਉਹ ਇਹੋ ਜਿਹਾ ਚੱਕਰ ਬਣ ਜਾਂਦਾ, ਕਹਿੰਦੇ ਨਿਰੰਕਾਰ ਨੇ ਇਹੋ ਜਿਹੀ ਕਿਰਪਾ ਕੀਤੀ, ਜਿਹੜੇ 22 ਦੇ 22 ਸਾਰਿਆਂ ਦੀ ਸ਼ਕਲ ਨਾਮਦੇਵ ਵਰਗੀ ਬਣ ਗਈ। ਹਨੇਰੇ ਚੋਂ ਕਹਿੰਦੇ ਨਾਮਦੇਵ ਮੇਰੇ ਕੋਲ ਖੜਾ ਮਾਰੋ ਸੋਟੀ, ਉਹ ਦੂਜਾ ਕਹਿੰਦਾ ਮੇਰੇ ਕੋਲ ਖੜਾ ਮਾਰੋ ਸੋਟੀ, ਤੀਜਾ ਕਹਿੰਦਾ ਨਾਮਦੇਵ ਮੇਰੇ ਕੋਲ ਖੜਾ ਮਾਰੋ ਟਾਂਗ। ਉਹ ਆਪਸ ਹੀ ਮਾਰੀ ਜਾਂਦੇ ਆਪੋ ਸਾਧ ਆਪਸ ਹੀ। ਇੱਕ ਵਿੱਚ ਸਿਆਣਾ ਸੀ, ਕਹਿਣ ਲੱਗਾ ਓਏ ਅਸੀਂ ਆਪਸ ਚ ਹੀ ਇੱਕ ਦੂਜੇ ਨੂੰ ਮਾਰੀ ਜਾਈਏ। ਉਹ ਚਾਵੇ ਰੂਪ ਬਦਲਾ ਸਕਦਾ, ਸਾਰਿਆਂ ਦੀ ਸ਼ਕਲ ਨਾਮਦੇਵ ਵਰਗੀ ਬਣਾ ਦਿੱਤੀ। ਉਹ ਜਗਾਓ ਇੱਕ ਅੱਧੀ ਦੀਪਕ ਜਗਾਇਆ, ਸਾਰੇ ਆਪਸ ਚ ਹੀ ਜ਼ਖਮੀ ਹੋਏ ਪਏ ਆਖੋ ਸਾਧ ਸਾਰੇ ਆਪਸ ਚ। ਉਹ ਚੌਂਕੜਾ ਮਾਰ ਕੇ ਬੈਠੇ ਆਪ ਨਾਮਦੇਵ ਜੀ, ਹੁਣ ਬੂਹੇ ਖੋਲਦੇ ਖੋਲਦੇ ਹੀ ਨਹੀਂ ਆਖੋ ਸਾਧ ਨੇ, ਕਿਸੇ ਦੀ ਬਾਂਹ ਟੁੱਟੀ ਪਈ, ਕਿਸੇ ਦੀ ਲੱਤ, ਆਪਸ ਹੀ ਇੱਕ ਦੂਜੇ ਨੂੰ। ਰੱਬ ਇੰਨੀ ਨੇੜੇ ਜਿਹਦਾ ਤੂੰ ਸਿਮਰਨ ਕਰੇਗਾ ਮਨਾ ਮੇਰਿਆ, ਉਹ ਇਸ ਤਰ੍ਹਾਂ ਕਾਰਜ ਸਵਾਰਦਾ ਚੱਕਰ ਬਣ ਕੇ, ਉਹ ਚਾਵੇ ਚਿਹਰੇ ਵੀ ਬਦਲਾ ਦਿੰਦਾ ਆਖੋ ਸਾਧ ਸਾਰਿਆਂ ਦੇ ਚਿਹਰੇ ਕਰਦੇ ਨਾਮ ਦੇ ਆਪਸ ਹੀ ਮਾਰੀ ਜਾਵੇ ਮਾਰਨਾ। ਨਾਮਦੇਵ ਜੀ ਦੇ ਗੋਡੇ ਫੜਦੇ ਆ, ਮਹਾਰਾਜ ਬੂਹੇ ਬੰਦ ਹੋ ਗਏ, ਖੁਲਵਾਓ ਕੁਝ ਕਰੋ, ਅਸੀਂ ਤੇ ਕਰ ਬੈਠੇ ਕੀ। ਨਾਮਦੇਵ ਅੱਖਾਂ ਖੋਲਦੇ ਕਹਿੰਦੇ ਅੱਛਾ ਮੈਨੂੰ ਤੇ ਪਤਾ ਹੀ ਨਹੀਂ ਤੁਹਾਡੀ ਜੰਗ ਹੋ ਰਹੀ ਆਖੋ ਸਾਧ। ਕਹਿੰਦੇ ਸਾਰੇ ਸ਼ਰਨ ਡਿੱਗੇ, ਸੱਚਾਈ ਨਾਮ ਵਿੱਚ ਇੰਜ ਉਹ ਬੋੜਦਾ। ਨਾਮਦੇਵ ਜੀ ਨੇ ਆਖਿਆ ਫਿਰ ਇੱਕ ਵਾਅਦਾ ਕਰੋ, ਵਾਅਦਾ ਜਿਹੜੇ ਨਾਮ ਨੇ ਮੈਨੂੰ ਬਚਾਇਆ ਉਸ ਨਾਮ ਦਾ ਪੱਲਾ ਤੁਸੀਂ 22 ਦੇ 22 ਸਾਰੇ ਪੜੋਗੇ ਕਿ ਜਕਾਰਾ ਦਿਓ ਪਿਆ। ਇਹ ਹਜ਼ੂਰ ਸ
ਸਿਆਂ ਵਾਲੇ ਪਾਸੇ ਮਹਾਰਾਸ਼ਟਰ ਦੇ ਜਿੱਥੋਂ ਦਾ ਇਹ ਚਾਂਸ ਹੈ। ਫਿਰ ਉਹਨਾਂ ਨੂੰ ਵੀ ਨਾਮ ਨਾਲ ਜੋੜਤਾ, ਕਿਉਂਕਿ ਜਿਹੜਾ ਮਹਾਂਪੁਰਸ਼ ਬੰਦਗੀ ਵਾਲਾ ਭਗਤ ਤੇ ਅੰਦਰਖਾਨਾ ਨਹੀਂ ਰੱਖਦਾ ਹੀ ਰਹਿੰਦਾ, ਉਹ ਫਿਰ ਨਾਮ ਨਾਲ ਜੋੜਦਾ ਵੀ ਕਿਸੇ ਨੂੰ ਸਮਝ ਆ ਗਈ ਹੁਣ ਜੁੜੇ ਨਾਮ ਨਾਲ। ਨਾਮ ਦੇ ਕਹਿੰਦੇ ਹੁਣ ਅੱਖੀ ਵੇਖ ਲਿਆ ਜਿਹਨੇ ਮੇਰੀ ਕੀਤੀ ਤੁਹਾਡੀ ਵੀ, ਨਾਮ ਨਾਲ ਜੁੜੋ, ਛੱਡੋ ਪਖੰਡ, ਛੱਡੋ। ਇਸ ਤੋਂ ਵਧੀਆ ਸੁਣ ਕਾਰਜ ਸਭ ਸਵਰਨਾ।